ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਸੇਵਾ ਵੀ ਹੋਣੇ ਹੱਥ ਪਹਿਲਾ ਜ਼ਾਲਮ ਸਿੰਘ ਜ਼ਾਲਮ ਪਿਆਸ ਨੂੰ ਨਿਵਾਰ ਠੰਡਾ ਪਾਣੀ ਲਿਆ ਥੋੜੇ ਜੇ ਸਿੱਖ ਦੇ ਸਿੰਘ ਗੁਰਗੋਬਿੰਦ ਸਿੰਘ ਜੀ ਦੇ ਹਾਲੇ ਦ왈ੇ ਬੈਠੇ ਸੀ ਤੇ ਕੋਈ ਵਾਰਤਾਲਾਪ ਹੋ ਰਹੀ ਸੀ ਕਿ ਸਾਹਿਬ ਗੱਲ ਕਰਦੇ ਕਰਦੇ ਚੁੱਪ ਹੋ ਗਏ ਇਧਰ ਉਧਰ ਤੱਕੇ ਤੇ ਜ਼ਾਲਮ ਸਿੰਘ ਗਡਵਈ ਨੂੰ ਪਾਣੀ ਵਾਸਤੇ ਉੱਪਰ ਲਿਖੀ ਆਵਾਜ਼ ਦਿੱਤੀ ਪਰ ਉਹ ਨੇੜੇ ਨਹੀਂ ਸੀ ਇੱਕ ਹੋਰ ਸੋਹਣਾ ਚੜ੍ਹਦੀ ਉਮਰ ਦਾ ਆਪਣੇ ਰੂਪ ਜੋਬਨ ਦਾ ਮਦਮਤਾ ਸਿੱਖ ਬੈਠਾ ਸੀ ਜੋ بڑے ਸਵਚ ਬਸਤਰ ਪਹਿਨੇ ਉਜਲਪੰਦ ਦੇ ਸ਼ੌਕ ਵਿੱਚ ਉਪਰਾ ਉਪਰਾ ਰਿਆ ਕਰਦਾ ਸੀ ਇਹ ਗਬਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਾਲਮ ਸਿੰਘ ਤੋਂ ਪਾਣੀ ਮੰਗਦੀ ਆਵਾਜ਼ ਸੁਣ ਕੇ ਉੱਠ ਖੜੋਤਾ ਤੇ ਹੱਥ ਜੋੜ ਕੇ ਆਖਣ ਲੱਗਾ ਪਾਤਸ਼ਾਹ ਜੇ ਆਗਿਆ ਬਖਸ਼ੋ ਤਾਂ ਮੈਂ ਜਲ ਲਿਆਵਾਂ ਜ਼ਾਲਮ ਸਿੰਘ ਤਾਂ ਹਾਜ਼ਰ ਨਹੀਂ ਦੀਦਾ ਸਤਿਗੁਰਾਂ ਨੇ ਦੂਰੋਂ ਹੀ ਸਹਿਨਤ ਕਰ ਦਿੱਤੀ ਕਿ ਲੈ ਆਓ ਗਬਰੂ ਚਲਾ ਗਿਆ ਅਤੇ ਥੋੜੇ ਚਿਰ ਵਿੱਚ ਹੀ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਇਆ ਤੇ ਆਪੇਸ਼ ਕੀਤਾ ਸਤਿਗੁਰਾਂ ਨੇ ਕਟੋਰਾ ਚਾ ਲਿਆ ਫਿਰ ਸਿੱਖ ਗਬਰੂ ਵੱਲ ਤੱਕੇ ਸਵਚ ਉਜਲ ਦੇ ਸਾਇਆ ਫਿਰ ਹੱਥਾਂ ਵੱਲ ਤੱਕੇ ਡਿਠਾ ਕੇ ਹੱਥ ਬੜੇ ਕੋਮਲ ਜੇ ਹਨ ਉਂਗਲੀਆਂ ਪਤਲੀਆਂ ਹਨ ਸਫਾਹ ਹਨ ਪਰ ਮਲੂਕ ਐਉਂ ਜਿਉਂ ਰਾਖਵੀਆਂ ਰੱਖੀਆਂ ਹੁੰਦੀਆਂ ਹਨ ਤਦ ਸਾਇਬ ਬੋਲੇ ਸਿਖਾ ਤੂੰ ਦੱਸ ਕੀ ਕੰਮ ਕਰਦਾ ਹੁੰਦਾ ਹੈ ਤੇਰੇ ਹੱਥਾਂ ਬੜੇ ਪਤਲੇ ਕੂਲੇ ਹਨ ਸਿੱਖ ਬੱਚਾ ਪਾਦਸ਼ਾਹ ਦੋ ਹੱਥ ਜੋੜ ਕੇ ਇਹ ਹੱਥ ਆਪ ਅੱਗੇ ਹੀ ਜੁੜਦੇ ਹਨ ਤੇ ਆਪ ਜੋਗਾ ਹੀ ਜੈਲ ਲਿਆਏ ਹਨ ਸ਼ਰੀਰ ਦੀ ਰਹਿਤ ਬਹਿਤ ਮੈ ਸੁਚੀ ਰੱਖਣਾ ਹੈ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਛਾ ਇਹ ਕਹਿ ਕੇ ਪਾਣੀ ਧਰਤੀ ਤੇ ਵੀਟਣ ਲੱਗੇ ਸਿੱਖ ਬੱਚਾ ਪਾਤਸ਼ਾਹ ਮੇਰੇ ਹੱਥ ਸਦਾ ਪਵਿੱਤਰ ਰਹੇ ਹਨ ਹੁਣ ਵੀ ਤੋਤੇ ਹੋਏ ਸੁੱਚੇ ਹਨ ਮੈਂ ਇਹ ਹੱਥ ਧੋ ਕੇ ਗੜਵਾ ਮਾਂਜ ਕੇ ਫਿਰ ਹੱਥ ਸਾਫ਼ ਕਰਕੇ ਕਟੋਰਾ ਆਪ ਸਾਫ਼ ਕਰਕੇ ਨਿਰਮਲ ਜਲ ਲਿਆਇਆ ਹਾਂ ਆਪ ਸੰਸਾ ਨਾ ਕਰੋ ਸੁੱਚਾ ਹੈ ਛਕੋ ਗੁਰੂ ਜੀ ਨੇ ਕਟੋਰਾ ਉਲਟ ਦਿੱਤਾ ਪਾਣੀ ਧਰਤੀ ਵਿੱਚ ਲੇਟ ਗਿਆ ਸਿੱਖ ਬੱਚਾ ਹਰਿਆਣਿਆਂ ਬਉਰਾਨਿਆਂ ਕਦੇ ਲੇਟ ਗਏ ਜਲਵਲ ਕਦੇ ਸਤਗੁਰਾਂ ਵੱਲ ਤੱਕੇ ਸਮਝ ਨਾ ਪਵੇ ਕਿ ਕੀ ਅਵਗਿਆ ਹੋਈ ਹੈ ਇਹਨੇ ਨੂੰ ਗੁਰੂ ਜੀ ਬੋਲੇ ਬਈ ਕੁ ਸਿੱਖ ਦੇ ਹੱਥ ਛੋਏ ਸਨ ਪੀਣ ਦੇ ਲਾਇਕ ਨਹੀਂ ਸੀ ਰਿਹਾ ਇਹ ਸੁਣ ਕੇ ਸਿੱਖ ਗੱਭਰੂ ਬਹੁਤ ਡਰਿਆ ਉਪਰੋਂ ਸ਼ਰਮ ਵੀ ਆਈ ਕਿ ਪਾਸ ਬੈਠੇ ਹੋਰ ਸਿੱਖ ਮੈਨੂੰ ਕਿੱਡਾ ਕੋ ਪਾਪੀ ਸਮਝਣਗੇ ਸੰਗਤ ਵਿੱਚ ਕੀ ਮੂੰਹ ਲੈ ਕੇ ਫਿਰਾਂਗਾ ਫਿਰ ਕਮਦਾ ਕਮਦਾ ਬੋਲਿਆ ਪਾਤਸ਼ਾਹ ਮੈਂ ਸਿੱਖ ਦਾ ਪੁੱਤਰ ਹਾਂ ਕਦੀਮੀ ਸਿੱਖ ਆਪ ਦਾ ਅਸੀਂ ਜੀਵ ਸਦਾ ਭੁੱਲਦੇ ਹਾਂ ਆਪ ਬਖਸ਼ਿਂ ਦੋ ਬਖਸ਼ ਜੋ ਮੇਰੀ ਖਤਾ ਹੈ ਮਾਫ ਕਰੋ ਤੇ ਰਸਤੇ ਪਾਓ ਸ੍ਰੀ ਗੁਰੂ ਜੀ ਸੁਣ ਬਰਖੁਰਦਾਰ ਤੂੰ ਸਿੱਖ ਦਾ ਪੁੱਤਰ ਖਰਾ ਤੂੰ ਬਾਹੋ ਲਈ ਭਾਵੇਂ ਤੂੰ ਅਮਰਤ ਛਕਿਆ ਤੂੰ ਸਿੱਖੀ ਧਾਰੀ ਪਰ ਜੇ ਸਿੱਖੀ ਅਮਲ ਵਿੱਚ ਨਾ ਆਈ ਤਾਂ ਸ਼ੂਮ ਦੇ ਧੰਵਾਂ ਵਾਂਗ ਹੋਈ ਸਿੱਖੀ ਜਦ ਅਮਲ ਵਿੱਚ ਆਉਂਦੀ ਹੈ ਤਾਂ ਮਨ ਨੂੰ ਸ਼ਰੀਰ ਨੂੰ ਤੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਦੀ ਹੈ ਸਿੱਖੀ ਇੱਕ ਸਿੱਖਿਆ ਧਾਰਨ ਕਰਕੇ ਸੁਸਖਿਅਤ ਹੋ ਜਾਣ ਦਾ ਨਾਮ ਹੈ ਸਿੱਖੀ ਆਪਾ ਸਵਾਰ ਕੇ ਚੰਦਨ ਵਾਂਗੂ ਖੁਸ਼ਬੂਦਾਰ ਹੋ ਕੇ ਖੁਸ਼ਬੂਦਾਨ ਕਰਨ ਦਾ ਨਾਮ ਹੈ ਸਿੱਖੀ ਇੱਕ ਗਿਆਨ ਹੈ ਇੱਕ ਭਗਤੀ ਹੈ ਸਾਈਂ ਨਾਲ ਹਜ਼ੂਰੀ ਵਾਸ ਦਾ ਪ੍ਰੇਮ ਹੈ ਤੇ ਇਹ ਸਾਰਾ ਕੁਝ ਅਮਲ ਵਿੱਚ ਆਉਂਦਾ ਹੈ ਕਰਨੇ ਦਾ ਰੂਪ ਧਾਰਨ ਕਰਦਾ ਹੈ ਸਿੱਖੀ ਅਕਰਹਿ ਹੋ ਜਾਣ ਦਾ ਨਾ ਨਹੀਂ ਫਿਰ ਦੋ ਰਾ ਦੇਈਏ ਬਹੁਤ ਜ਼ਰੂਰੀ ਨੁਕਤਾ ਹੈ ਸ੍ਰੀ ਗੁਰੂ ਜੀ ਸੁਣ ਬਰ ਖੁਰਦਾਰ ਤੂੰ ਸਿੱਖ ਦਾ ਪੁੱਤਰ ਖਰਾ ਤੂੰ ਪਾਹੋ ਲਈ ਤੂੰ ਸਿੱਖੀ ਧਾਰੀ ਪਰ ਜੇ ਸਿੱਖੀ ਅਮਲ ਵਿੱਚ ਨਾ ਆਈ ਤਾਂ ਸ਼ੂਨ ਦੇ ਧਨ ਵਾਂਗੂ ਹੋਈ ਸਿੱਖੀ ਜਦ ਅਮਲ ਵਿੱਚ ਆਉਂਦੀ ਹੈ ਤਾਂ ਮਨ ਨੂੰ ਸ਼ਰੀਰ ਨੂੰ ਤੇ ਇਸ मनुੱਖਾ ਜਨਮ ਨੂੰ ਸਫਲਾ ਕਰਦੀ ਹੈ ਸਿੱਖੀ ਇੱਕ ਸਿੱਖਿਆ ਧਾਰਨ ਕਰਕੇ ਸੁਸਿੱਖਿਆਤੋ ਜਾਣ ਦਾ ਨਾਮ ਹੈ ਸਿੱਖੀ ਆਪਾ ਸਵਾਰ ਕੇ ਚੰਦਨ ਵਾਂਗੂ ਖੁਸ਼ਬੂਦਾਰ ਹੋ ਕੇ ਖੁਸ਼ਬੂਦਾਨ ਕਰਨ ਦਾ ਨਾਮ ਹੈ ਸਿੱਖੀ ਇੱਕ ਗਿਆਨ ਹੈ ਇੱਕ ਭਗਤੀ ਹੈ ਸਾਈ ਨਾਲ ਹਜ਼ੂਰੀ ਵਾਸ ਦਾ ਪ੍ਰੇਮ ਹੈ ਤੇ ਇਹ ਸਾਰਾ ਕੁਝ ਅਮਲ ਵਿੱਚ ਆਉਂਦਾ ਹੈ ਕਰਨੇ ਦਾ ਰੂਪ ਧਾਰਨ ਕਰਦਾ ਹੈ ਸਿੱਖੀ ਅਕਰਹਿ ਹੋ ਜਾਣ ਦਾ ਨਾ ਨਹੀਂ ਗੰਗਾ ਕਿਨਾਰੇ ਪਈ ਛਿੱਲਾ ਵਾਂਗੂ ਕਿਰਿਆਹੀਨ ਹੋ ਜਾਣਾ ਸਿੱਖੀ ਨਹੀਂ ਕਿਰਿਆ ਕਰਦੇ ਹੋਏ ਅਕਰਹਿ ਰਹਿਣਾ ਸਿੱਖੀ ਹੈ ਵਾਸ਼ਨਾ ਤੇ ਫਤਿਹ ਪਾਉਣੀ ਸਿੱਖੀ ਦੀ ਅਕਰਹਿ ਅਵਸਥਾ ਹੈ ਕਿਰਿਆ ਵਿੱਚ ਕਿਰਿਆਮਾਨ ਰਹਿਣਾ ਤੇ ਕਿਰਿਆ ਧਰਮ ਦੀ ਕਰਨੀ ਸਿੱਖੀ ਦੀ ਕਿਰਿਆਮਾਨ ਅਵਸਥਾ ਹੈ ਸਿੱਖੀ ਬਰਖੁਰਦਾਰ ਸੇਵਾ ਤੋਂ ਸ਼ੁਰੂ ਹੁੰਦੀ ਹੈ ਦੇਖ ਗੁਰੂ ਦੇ ਦੁਆਰੇ ਸਭ ਸੇਵਾ ਕਰ ਰਹੇ ਹਨ ਸੇਵਾ ਨਾਲ ਸ਼ਰੀਰ ਸਵੱਛ ਹੁੰਦਾ ਹੈ ਮਨ ਤੋਤਾ ਜਾਂਦਾ ਹੈ ਹੋਂ ਦੀ ਮੈਲ ਉਤਰ ਜਾਂਦੀ ਹੈ ਫਿਰ ਜਦ ਨਾਮ ਪ੍ਰਾਪਤ ਹੋ ਪਰਮਪੁਰਖ ਦੀ ਹਜ਼ੂਰੀ ਵਿੱਚ ਸਦਾ ਦਾ ਵਾਸਾ ਮਿਲਦਾ ਹੈ ਚਿੱਤ ਦੀ ਯਾਦ ਦਾ ਮੰਡਲ ਪਰਮਪੁਰਖ ਨਾਲ ਭਰਪੂਰ ਰਹਿੰਦਾ ਹੈ ਫਿਰ ਵੀ ਸਿੱਖ ਤੋਂ ਅਮਲ ਵਿੱਚ ਸੇਵਾ ਹੀ ਸਰਾਉਂਦੀ ਹੈ ਤਦੋਂ ਸਿੱਖ ਤੋਂ ਸਹਿਜ ਪਾ ਦੀ ਸੇਵਾ ਪਈ ਆਉਂਦੀ ਹੈ ਜਿਵੇਂ ਮੁਸ਼ਕੇ ਫੁੱਲ ਤੋਂ ਖੁਸ਼ਬੂਏ ਦਾਨ ਆਪੇ ਪਈ ਆਉਂਦੀ ਹੈ ਜੇ ਤੂੰ ਵੀ ਸੇਵਾ ਨਾਲ ਸਵਚ ਹੋ ਕੇ ਵਾਹਿਗੁਰੂ ਨੂੰ ਯਾਦ ਕਰਦੋਂ ਤੇ ਬਾਣੀ ਪੜਦੋਂ ਵਿਚਾਰਦੋਂ ਤੇ ਸਾਈਂ ਹਜ਼ੂਰੀ ਵਿੱਚ ਵਸਦੋਂ ਤਦ ਤੈਨੂੰ ਪਤਾ ਲੱਗਦਾ ਕਿ ਸਾਰੇ ਵਿਆਪ ਰਿਹਾ ਹੈ ਜਗਤ ਦਾ ਪ੍ਰੀਤਮ ਵਾਹਿਗੁਰੂ ਸਭ ਮੈਂ ਰਵ ਰਿਆ ਪ੍ਰਭ ਇੱਕ ਐ ਪੀਖ ਪੀਖ ਨਾਨਕ ਬਿਕ ਸਾਈਂ ਜਦੋਂ ਤੇਰੀ ਇਹ ਦ੍ਰਿਸ਼ਟੀ ਖੁੱਲਦੀ ਤਾਂ ਤੈਥੋਂ ਸੁੱਤੇ ਉਪਕਾਰ ਤੇ ਸੇਵਾ ਪਈ ਆਉਂਦੀ ਤੇਰੀ ਅੰਤਰੀਵ ਧਾਰਨਾ ਆਪੇ ਅਮਲ ਵਿੱਚ ਪਈ ਆਉਂਦੀ ਪਰ ਕਾਕਾ ਜੋ ਸਵਚਤਾ ਤੇ ਸਰੀਰ ਵਿੱਚ ਧਾਰੀ ਉਸ ਉਜਲਤਾ ਦਾ ਮਾਨ ਤੇਰੇ ਮਨ ਵਿੱਚ ਤਸ ਗਿਆ ਕਿ ਮੈਂ ਬੜਾ ਉਜਲ ਹਾਂ ਇਉਂ ਮਨ ਨੂੰ ਮਾਨ ਦੀ ਮਹਿਲ ਲੱਗ ਗਈ ਜੇ ਉਹ ਉਜਲਤਾ ਸੇਵਾ ਨਾਲ ਅਮਲ ਵਿੱਚ ਆਉਂਦੀ ਤਾਂ ਮਨ ਨੂੰ ਮਾਨ ਦੀ ਮਹਿਲ ਨਾ ਲੱਗਦੀ ਸਗੋਂ ਨਿਰਮਲ ਉਜਲਤਾ ਦਾ ਰੰਗ ਮਨ ਨੂੰ ਚੜ ਜਾਂਦਾ ਸਰੀਰ ਤੇ ਮਨ ਦੋਏ ਨਿਰਮਲ ਹੋ ਜਾਂਦੇ ਇਹ ਸੁਣ ਕੇ ਸਿੱਖ ਬੱਚਾ ਜ਼ਰਾ ਕੋ ਹੋਰ ਉਦਾਸਿਆ ਗਿਆ ਤਾਂ ਸਤਿਗੁਰੂ ਬੋਲੇ ਬੱਚਿਆ ਮੈਨੂੰ ਪਤਾ ਹੈ ਕਿ ਤੇਰੇ ਆਚਰਣ ਮਾੜੇ ਨਹੀਂ ਪਰ ਉਜਲਤਾ ਤੇ ਹੰਕਾਰ ਵਿੱਚ ਨਿਕੰਮੇ ਹੋ ਬੈਣਾ ਉਜਲਤਾ ਨੂੰ ਅਮਲ ਵਿੱਚ ਲਿਆਉਣਾ ਨਹੀਂ ਕਿਸੇ ਸ਼ੈ ਨੂੰ ਅਮਲ ਵਿੱਚ ਨਾ ਲਿਆਉਣਾ ਮਨ ਉਸ ਨੂੰ ਮਾਰ ਛੱਡਣਾ ਹੈ ਜਿਵੇਂ ਮੁਰਦੇ ਦੇ ਹੱਥ ਕੋਈ ਪਾਪ ਕਰਮ ਨਹੀਂ ਕਰਦੇ ਹੁੰਦੇ ਉਹ ਨਿਕੰਮੇ ਹੋ ਗਏ ਹੁੰਦੇ ਹਨ ਦੇ ਕੁਸ ਦੇ ਹੱਥਾਂ ਨੂੰ ਸਾਰੇ ਅਪਵਿੱਤਰ ਜਾਣ ਕੇ ਨਹੀਂ ਛਾਉਂਦੇ ਨਿਕੰਮੇ ਹੱਥ ਹਾਂ ਸੇਵਾ ਉਪਕਾਰ ਨੇਕੀ ਭਲਾਈ ਤੋਂ ਅਕਰਹਿ ਹੋ ਗਏ ਹੱਥ ਅਪਾਵਨ ਹਨ ਮੁਰਦੇ ਤੁਲਜ ਹੋ ਗਏ ਕੁਛ ਚਿਰ ਚੁੱਪ ਰਹਿ ਕੇ ਗੁਰੂ ਜੀ ਫਿਰ ਬੋਲੇ ਭਾਈ ਪਹਿਲਾਂ ਸੇਵਾ ਕਰੀਦੀ ਹੈ ਗੁਰੂ ਦਵਾਰੇ ਤਾਂ ਮੈਲ ਲੈਂਦੀ ਹੈ ਕੀਤੇ ਹੋਏ ਕਰਮਾਂ ਦੀ ਫਿਰ ਹਿਰਦਾ ਸ਼ੁੱਧੋਂ ਆਉਂਦਾ ਹੈ ਸ਼ੁੱਧ ਹਿਰਦੇ ਵਿੱਚ ਵਾਹਿਗੁਰੂ ਦਾ ਕੀਰਤਨ ਤੇ ਯਾਦ ਨਾਮ ਤੇ ਸਿਫਤ ਸਲਾਹ ਦਾ ਵਾਸਾ ਹੁੰਦਾ ਹੈ ਜਦੋਂ ਸਿਫਤ ਸਲਾਹ ਤੇ ਨਾਮ ਨਾਲ ਆਪਾ ਹੋਰ ਨਿਰਮਲ ਹੋ ਕੇ ਸਹਿਜ ਘਰ ਆਉਂਦਾ ਹੈ ਤਾਂ ਸਾਰੇ ਕਰਤਾਰ ਦੀ ਹਜ਼ੂਰੀ ਦਿਸਦੀ ਹੈ ਸਭ ਵਿੱਚ ਉਸ ਦਾ ਰੂਪ ਪਾਸ ਦਾ ਹੈ ਫਿਰ ਸੇਵਾ ਸਹਿਜ ਸੁਭਾਅ ਹੁੰਦੀ ਹੈ ਹੁਣ ਜੋ ਕੁਝ ਸਿੱਖ ਕੇ ਸਿੱਖ ਨੇ ਅਨੁਭਵ ਕੀਤਾ ਹੈ ਉਸ ਦੇ ਅਮਲਾਂ ਵਿੱਚ ਆ ਜਾਂਦਾ ਹੈ ਗੁਰਮਤ ਦਾ ਸਾਰ ਇਹ ਹੈ ਕਿ ਸਾਰੇ ਅੰਗ ਪਵਿੱਤਰ ਹੁੰਦੇ ਹਨ ਸ਼ੁਭ ਕਰਮਾਂ ਦੇ ਕਰਨ ਨਾਲ ਤੇ ਮਨ ਨਾਮ ਬਾਣੀ ਦਾ ਸਿੱਖ ਬੱਚੇ ਨੇ ਸੁਣ ਕੇ ਸੀਸ ਨਿਵਾਇਆ ਪੋਲ ਬਖਸ਼ ਵਾਹੀ ਤੇ ਸੇਵਾ ਕਰਨ ਲੱਗਾ ਧਨ ਨਾਲ ਸੇਵਾ ਕਰੇ ਗੁਰੂ ਰਸਤੇ ਦਾਨ ਦੇਵੇ ਤੇ ਗੁਰੂ ਸੰਗਤਾਂ ਗੁਰਮੁਖਾਂ ਦੀ ਸੇਵਾ ਵਿੱਚ ਖਰਚ ਕਰੇ ਧਨ ਨਾਲ ਸੇਵਾ ਕਰੇ ਗੁਰੂ ਕੀ ਸਾਜ ਸੰਗਤ ਗੁਰਮੁਖਾਂ ਦੀ ਗੁਰਸੰਗਤ ਦੀ ਮਨ ਨਾਲ ਸ੍ਰੀ ਵਾਹਿਗੁਰੂ ਚਿਤਾਰੇ ਤੇ ਗੁਰ ਪਰਮੇਸ਼ਰ ਦੀ ਕੀਰਤੀ ਚਿਤ ਵਿੱਚ ਵਸਾਵੇ ਸਤਿਗੁਰੂ ਸੁਣ ਸੁਣ ਕੇ ਪ੍ਰਸੰਨ ਹੋਣ ਅੰਤ ਸੇਵਾ ਕਮਾਉਂਦਿਆਂ ਸਤਿਗੁਰ ਦੀ ਮਿਹਰ ਹੋਈ ਤੇ ਤਨ ਤਨ ਹੋ ਗਿਆ ਹਾਂਜੀ ਫਿਰ ਦੁਹਰਾ ਲਈ ਸਿੱਖ ਬੱਚੇ ਨੇ ਸੁਣ ਕੇ ਸੀਸ ਨਵਾਇਆ ਬੋਲ ਬਖਸ਼ ਵਾਈ ਤੇ ਸੇਵਾ ਕਰਨ ਲੱਗਾ ਤਨ ਨਾਲ ਸੇਵਾ ਕਰੇ ਗੁਰੂ ਰਸਤੇ ਦਾਨ ਦੇਵੇ ਤੇ ਗੁਰੂ ਸੰਗ ਤਾਂ ਗੁਰਮੁਖਾਂ ਦੀ ਸੇਵਾ ਵਿੱਚ ਖਰਚ ਕਰੇ। ਧਨ ਨਾਲ ਸੇਵਾ ਕਰੇ ਗੁਰੂ ਕੀ ਸਾਧ ਸੰਗ ਗੁਰਮੁਖਾਂ ਦੀ ਗੁਰਸੰਗਤ ਦੀ। ਮਨ ਨਾਲ ਸ੍ਰੀ ਵਾਹਿਗੁਰੂ ਚਿਤਾਰੇ ਤੇ ਗੁਰ ਪਰਮੇਸ਼ਰ ਦੀ ਕੀਰਤੀ ਚਿਤ ਵਿੱਚ ਵਸਾਵੇ। ਸਤਗੁਰੂ ਸੁਣ ਸੁਣ ਕੇ ਪ੍ਰਸੰਨ ਹੋਣ ਔਨ ਸੇਵਾ ਕਮਾਉਂਦੇ ਆਂ। ਸਤਗੁਰਾਂ ਦੀ ਮੇਰ ਹੋਈ ਤੇ ਧਨ ਧਨ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।